ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਮਨਦੀਪ ਸਿੰਘ, ਸੀਬਰਡ ਇੰਟਰਨੈਸ਼ਨਲ ਮੋਹਾਲੀ ਤੋਂ। ਮੈਂ ਅੱਜ ਲਾਈਵ ਹੋ ਰਿਹਾ ਉਹਨਾਂ ਸਟੂਡੈਂਟਸ ਲਈ ਜੋ ਕਿ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਇਹ ਕਨਫਿਊਜ਼ ਨੇ ਕਿ ਉਹ ਆਸਟ੍ਰੇਲੀਆ ਜਾਣ ਜਾਂ ਕੈਨੇਡਾ ਜਾਣ, ਅਤੇ ਉਹ ਇਹ ਵੀ ਕਨਫਿਊਜ਼ ਨੇ ਕਿ ਕਿਹੜਾ ਦੇਸ਼ ਉਹਨਾਂ ਲਈ ਜ਼ਿਆਦਾ ਸਿਕਿਓਰ ਹੈ, ਕਿੱਥੇ ਉਹਨਾਂ ਨੂੰ ਜਲਦੀ ਵੀਜ਼ਾ ਮਿਲ ਸਕਦਾ ਹੈ, ਕਿੱਥੇ ਉਹਨਾਂ ਦੀ ਕਮਾਈ ਜ਼ਿਆਦਾ ਹੈ ਅਤੇ ਖਰਚੇ ਘੱਟ ਨੇ, PR ਕਿੱਥੇ ਉਹ ਜਲਦੀ ਲੈ ਸਕਦੇ ਨੇ ਅਤੇ ਆਪਣਾ ਫਿਊਚਰ ਬ੍ਰਾਈਟ ਬਣਾ ਸਕਦੇ ਨੇ। ਅਤੇ ਇਹ ਸਭ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਨਿਊਜ਼ ਦੇਣੀ ਚਾਹੁੰਦਾ ਕਿ ਅੱਜ ਸਾਡੇ ਆਸਟ੍ਰੇਲੀਆ ਦੇ 4 ਸਟੱਡੀ ਵੀਜ਼ਾ ਗ੍ਰਾਂਟ ਆਏ ਸੀ, ਜਿਹਦੇ ਵਿੱਚੋਂ 2 ਸਟੂਡੈਂਟਸ ਦੇ 6 ਬੈਂਡ ਸੀ ਓਵਰਆਲ ਅਤੇ 2 ਸਟੂਡੈਂਟ ਦੇ 5.5 ਬੈਂਡ ਸੀ ਓਵਰਆਲ। ਇਹ ਤੁਸੀਂ ਸਟੱਡੀ ਵੀਜ਼ਾ ਗ੍ਰਾਂਟ ਦੇਖ ਸਕਦੇ ਹੋ। ਅਤੇ ਇੱਕ ਹੋਰ ਜ਼ਰੂਰੀ ਜਾਣਕਾਰੀ ਤੁਹਾਡੇ ਸਾਰਿਆਂ ਲਈ ਕਿ ਸਾਡੇ ਕੋਲ ਹਜੇ ਵੀ ਆਸਟ੍ਰੇਲੀਆ ਦੇ ਨਵੰਬਰ ਇਨਟੇਕ ਲਈ ਸਲੋਟਸ ਅਵੇਲੇਬਲ ਹੈਗੇ ਨੇ, ਅਤੇ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਤੁਸੀਂ ਸੀਬਰਡ ਇੰਟਰਨੈਸ਼ਨਲ ਵਿਜ਼ਿਟ ਕਰੋ ਜਾਂ ਸਾਨੂੰ ਕੰਟੈਕਟ ਕਰੋ। ਅਤੇ ਇੱਕ ਹੋਰ ਜ਼ਰੂਰੀ ਜਾਣਕਾਰੀ ਜਿਹੜੀ ਕਿ ਇਹਨਾਂ ਦੀ ਫੀਸ ਸੰਬੰਧੀ ਹੈ ਕਿ ਜਿਹੜੇ ਵੀ ਪੈਸੇ ਹੋਣਗੇ, ਜਿਹੜੀ ਵੀ ਫੀਸ ਹੈ, ਇਹ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਦਾ ਜਨਵਰੀ ਇਨਟੇਕ ਤਕਰੀਬਨ ਫੁੱਲ ਹੋ ਚੁੱਕਾ ਹੈ, ਅਤੇ ਜਿਹੜੇ ਬੱਚੇ ਸਤੰਬਰ 2019 ਲਈ ਅਪਲਾਈ ਕਰਨਾ ਚਾਹ ਰਹੇ ਨੇ ਉਹਨਾਂ ਨੂੰ ਤਕਰੀਬਨ 1 ਸਾਲ ਦੀ ਵੇਟ ਕਰਨੀ ਪਵੇਗੀ, ਜਦਕਿ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਾ ਨਵੰਬਰ 2018 ਦੇ ਤੱਕ ਵੀਜ਼ਾ ਆ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਜਦੋਂ ਤੱਕ ਤੁਹਾਡਾ ਕੈਨੇਡਾ ਦੀ ਆਫਰ ਲੈਟਰ ਆਉਣੀ ਹੈ ਉਦੋਂ ਤੱਕ ਤੁਹਾਡਾ ਆਸਟ੍ਰੇਲੀਆ 'ਚ ਅੱਧੀ ਸਟੱਡੀ ਕੰਪਲੀਟ ਹੋ ਜਾਣੀ ਹੈ, ਅਤੇ ਤੁਹਾਨੂੰ ਇਹਦੇ ਲਈ ਵੇਟ ਕਰਨ ਦੀ ਵੀ ਕੋਈ ਲੋੜ ਨਹੀਂ ਹੈ। ਤੁਸੀਂ ਆਸਟ੍ਰੇਲੀਆ ਦੇ ਨਵੰਬਰ 2018 ਇਨਟੇਕ ਲਈ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਸਾਨੂੰ ਹੁਣ ਆਪਣੇ ਡਾਕੂਮੈਂਟ ਦੇ ਕੇ ਜਾਂਦੇ ਹੋ ਤਾਂ ਆਸਟ੍ਰੇਲੀਆ ਲਈ ਤੁਹਾਡਾ 1 ਮਹੀਨੇ ਦੇ ਅੰਦਰ ਅੰਦਰ ਵੀਜ਼ਾ ਆ ਸਕਦਾ ਹੈ, ਪਰ ਕੈਨੇਡਾ ਲਈ ਤੁਹਾਨੂੰ 1 ਸਾਲ ਦੀ ਵੇਟ ਕਰਨੀ ਪਵੇਗੀ। ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਕੈਨੇਡਾ ਲਈ 1 ਸਾਲ ਦਾ ਗੈਪ ਹੋਰ ਵੱਧ ਜਾਵੇਗਾ ਅਤੇ ਦੈਨ ਵੀਜ਼ਾ ਸਕਸੈਸ ਰੇਟ ਵੀ ਘੱਟ ਹੋ ਜਾਣਗੇ। ਅਤੇ ਦੂਜੀ ਗੱਲ ਇਹ ਕਿ ਕੈਨੇਡਾ ਲਈ ਤੁਹਾਨੂੰ ਈਚ ਮੋਡਿਊਲ 6 ਅਤੇ ਓਵਰਆਲ 6 ਬੈਂਡ ਚਾਹੀਦੇ ਨੇ, ਜਦਕਿ ਆਸਟ੍ਰੇਲੀਆ ਓਵਰਆਲ 5.5 ਬੈਂਡ 'ਤੇ ਵੀ ਸਟੂਡੈਂਟਸ ਨੂੰ ਵੀਜ਼ਾ ਦੇ ਰਿਹਾ ਹੈ। ਕੁਝ ਬੱਚਿਆਂ ਨੂੰ ਇਹ ਵੀ ਲੱਗਦਾ ਕਿ ਆਸਟ੍ਰੇਲੀਆ ਜਾਣ ਲਈ ਖਰਚਾ ਜ਼ਿਆਦਾ ਆਉਂਦਾ ਹੈ ਅਤੇ ਫੰਡ ਵੀ ਸ਼ੋਅ ਕਰਨੇ ਪੈਂਦੇ ਨੇ, ਪਰ ਜੀ ਨਹੀਂ, ਆਸਟ੍ਰੇਲੀਆ ਜਾਣ ਲਈ ਖਰਚਾ ਵੀ ਘੱਟ ਆਉਂਦਾ ਹੈ ਅਤੇ ਫੰਡ ਵੀ ਸ਼ੋਅ ਨਹੀਂ ਕਰਨੇ ਪੈਂਦੇ। ਅਤੇ ਇੱਕ ਇਹ ਵੀ ਗੱਲ ਮਾਇਨੇ ਰੱਖਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਹੈ ਅਤੇ ਰਹਿਣ ਦਾ ਖਰਚਾ ਬਹੁਤ ਘੱਟ ਹੈ, ਸਿਰਫ 1-2 ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਖਰਚੇ ਵਿੱਚ ਸਟੂਡੈਂਟ ਆਪਣੀ ਇੱਕ ਵਧੀਆ ਜ਼ਿੰਦਗੀ ਜੀ ਸਕਦਾ ਹੈ। ਆਸਟ੍ਰੇਲੀਆ ਦਾ ਮੌਸਮ ਵੀ ਬਹੁਤ ਵਧੀਆ ਹੈ, ਨਾ ਹੀ ਜ਼ਿਆਦਾ ਗਰਮੀ ਹੈ ਅਤੇ ਨਾ ਹੀ ਜ਼ਿਆਦਾ ਠੰਡ ਹੈ, ਅਤੇ ਬਰਫ਼ ਵਾਲਾ ਤਾਂ ਕੋਈ ਸੀਨ ਹੀ ਨਹੀਂ ਹੈ। ਅਤੇ ਕੁਝ ਕੁ ਸਟੂਡੈਂਟਸ ਨੂੰ ਇਹ ਕਨਫਿਊਜ਼ਨ ਹੈ ਕਿ ਆਸਟ੍ਰੇਲੀਆ ਦੇ ਵਿੱਚ PR ਨਹੀਂ ਮਿਲਦੀ, ਜਦਕਿ ਇਹ ਸਹੀ ਨਹੀਂ ਹੈ। ਕੈਨੇਡਾ ਅਤੇ ਆਸਟ੍ਰੇਲੀਆ ਦੋਨਾਂ ਵਿੱਚ PR ਈਜ਼ੀ ਹੈ, ਪਰ ਆਪਾਂ ਨੂੰ ਸ਼ਰਤ ਇਹ ਹੈ ਕਿ ਅਕੋਰਡਿੰਗ ਟੂ ਉਹਨਾਂ ਦੇ ਜਿਹੜੇ ਲਾਅ ਨੇ, ਅਕੋਰਡਿੰਗ ਟੂ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਨੇ, ਉਹਨਾਂ ਦੇ ਅਨੁਸਾਰ ਹੀ ਸਾਨੂੰ ਉੱਥੇ ਰਹਿਣਾ ਪਵੇਗਾ। ਅਗਰ ਆਪਾਂ ਸਟੱਡੀ ਕੰਪਲੀਟ ਕਰਦੇ ਹਾਂ ਅਤੇ ਕੋਈ ਉਹਨਾਂ ਦਾ ਲਾਅ ਨਹੀਂ ਤੋੜਦੇ ਤਾਂ ਸਾਡੀ PR ਬਹੁਤ ਹੀ ਆਸਾਨੀ ਨਾਲ ਹੋ ਜਾਂਦੀ ਹੈ। ਇਸ ਸਮੇਂ ਕੈਨੇਡਾ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਜੋਬ ਓਪਰਚੁਨਿਟੀਜ਼ ਜ਼ਿਆਦਾ ਨੇ, ਕਿਉਂਕਿ ਆਸਟ੍ਰੇਲੀਆ ਇੱਕ ਬਹੁਤ ਹੀ ਵੱਡਾ ਮੁਲਕ ਹੈ ਅਤੇ ਇੱਥੇ ਮੋਸਟਲੀ ਸ਼ਹਿਰਾਂ ਦੇ ਵਿੱਚ ਡਿਵਲਪਮੈਂਟ ਹੋ ਰਹੀ ਹੈ ਅਤੇ ਇਸ ਕਰਕੇ ਜੋਬ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਅੱਜ ਦੀ ਤਰੀਕ ਵਿੱਚ ਆਸਟ੍ਰੇਲੀਆ ਹਰ ਪੱਖ ਦੇ ਨਜ਼ਰੀਏ ਨਾਲ ਅਵਲ ਸਥਾਨ 'ਤੇ ਹੈ। ਸੋ ਬੱਚਿਆਂ ਨੂੰ ਅਸੀਂ ਇਹੀ ਸਲਾਹ ਦੇਣਾ ਚਾਹੁੰਦੇ ਹਾਂ ਕਿ ਆਪਣਾ ਸਮਾਂ ਬਰਬਾਦ ਨਾ ਕਰੋ ਅਤੇ ਜਲਦ ਤੋਂ ਜਲਦ ਨਵੰਬਰ ਇਨਟੇਕ ਲਈ ਅਪਲਾਈ ਕਰੋ ਅਤੇ ਆਸਟ੍ਰੇਲੀਆ ਵਿੱਚ ਜਾ ਕੇ ਸਟੱਡੀ ਕਰਕੇ ਆਪਣਾ ਇੱਕ ਬ੍ਰਾਈਟ ਫਿਊਚਰ ਬਣਾਓ। ਅਤੇ ਮੈਂ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਕਿ ਆਸਟ੍ਰੇਲੀਆ ਲਈ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਆਪਣੇ ਸਵਾਲਾਂ ਦੇ ਜਵਾਬ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 78704 78704 'ਤੇ, ਜਾਂ ਤੁਸੀਂ ਸੀਬਰਡ ਮੋਹਾਲੀ ਵਿਜ਼ਿਟ ਕਰ ਸਕਦੇ ਹੋ। ਅਤੇ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ ਅਤੇ ਮਿਲਦੇ ਹਾਂ ਜਲਦ ਹੀ ਨਵੇਂ ਵੀਜ਼ਾ ਗ੍ਰਾਂਟ ਦੇ ਨਾਲ ਅਤੇ ਨਵੀਂ ਜਾਣਕਾਰੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।